अगर आपने हमारे चैनल फोकस 24 टीवी को सब्सक्राइब नहीं किया तो प्लीज बेल आइकॉन को दबाएं और हमारे चैनल को लाइक एंड शेयर करें। तरनतारन रोड ऊपर बने नवे पुल का चा अजे पूरा नहीं होया कि उत्थे पुल दे ऊपर बिजली दे खंभियां दा साजो सामान चोरी दा सिलसिला ज्यादा ही तेजी फड़ गया। इस संबंधी गणेश कार्तिक कंस्ट्रक्शन दे इंचार्ज विशाल खन्ना ने जानकारी देते हुए दस्या कि बीते दिन पुल दे ऊपर लगियां लाइटां दियां प्लेटां 130 दे करीब चोरी होईयां हन अते लोहे दियां जालियां 250 दे ऊपर चोरी होईयां हन। इस संबंधी नाल चौंकी कोटमीत सिंह विच दरखास्त दित्ती जिस संबंधी पुलिस वालियां ने चोर अते चोरी दा समान खरीदन वाले कबाड़िए काबू किते पर उन्हां उते बंदियां धारावां नहीं लगाईयां अते समान भी ना मात्र दस्या। प्रशासन अगे मंग करदियां पुल दे इंचार्ज विशाल खन्ना ने आख्या कि जनता दे समान दी राखी कीती जावे। मैं विशाल खन्ना गणेश कार्तिक कंस्ट्रक्शन प्राइवेट लिमिटेड इंचार्ज हाँ। साडे आ पुल दा काम ते आ चोरियां हो रहीआं सी, परसों असी चोर फड़िया, असी इह प्लेटां उतारे आ, सब कुछ कर रहे, जालियां साडियां लत्त दी मैं चोरी, परसों मैं चोर फड़ के चौंकी इंचार्ज नूं दित्ता पर उन्होंने साडी बनदी कार्रवाई नहीं करदे पए। सानू दो तीन वारी लिख के भी देता है पर साडी बनदी कार्रवाई साडियां सवा सौ तो उपर पर सानू कोई प्रॉपर जवाब नहीं मिलिया। ਫਿਰ ਅਸੀਂ ਆਪਣੀ ਗਸ਼ਤ ਵਧਾ ਸ਼ੁਰੂ ਕੀਤੀ ਰਾਤ ਨੂੰ ਵੀ ਦਿਨ ਨੂੰ ਵੀ। ਫਿਰ ਅਸੀਂ ਇਹ ਚੋਰ ਫੜਿਆ, ਚੋਰ ਫੜ ਕੇ ਅਸੀਂ ਥਾਣੇ ਦਿੱਤਾ। ਸਾਡੀ ਘੱਟ ਤੋਂ ਘੱਟ ਹੈ ਪਲੇਟ ਜਿਹੜੀ 130-135 ਚੋਰੀ ਹੋ ਗਈ ਹੈ ਅਤੇ ਜਿਹੜੀਆਂ ਥੱਲੇ ਦੀਆਂ ਜਾਲੀਆਂ ਆਈਆਂ ਜਿਹਨਾਂ ਨਾਲ ਪਾਣੀ ਥੱਲੇ ਜਾਂਦਾ 250 ਤੋਂ ਉੱਪਰ ਹੈ। ਉਹ 250-260 ਮਤਲਬ 250 ਰੱਖ ਲਓ ਤੁਸੀਂ, 250 ਤੋਂ ਉੱਪਰ ਹੋਣੀਆਂ ਜਾਲੀਆਂ ਜਿਹੜੀਆਂ ਚੋਰੀ ਹੋਈਆਂ। ਪਲੇਟ ਸਾਡੀ ਘੱਟ ਤੋਂ ਘੱਟ 130-135 ਪਲੇਟ ਚੋਰੀ ਹੋ ਗਈ ਹੈ ਅਤੇ ਥੱਲੇ ਦੀਆਂ ਜਾ ਰਹੀਆਂ ਜਿਹੜਾ ਕਿ ਪਾਣੀ ਡਰੇਨੇਜ ਦੀਆਂ ਹੈਗੀਆਂ 250-60 ਜਾ ਰਹੀਆਂ ਚੋਰੀ ਹੋ ਗਈਆਂ। ਅਸੀਂ ਲਗਾਤਾਰ 4-5 ਵਾਰੀ ਥਾਣੇ ਗਏ ਹਾਂ ਕਿ ਮਹਾਰਾਜ ਸਾਡਾ ਇਹ ਚੋਰੀ ਹੋ ਰਿਹਾ, ਲਿਖਤੀ ਦਿੱਤਾ ਹੈ ਪਰ ਅੱਜ ਦਿਨ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਗਣੇਸ਼ ਕਾਰਤਿਕ ਹਾਂਜੀ, ਇਹ ਕੋਟਮੀਤ ਸਿੰਘ ਰੋਟਰੀ 'ਤੇ ਇਹਨਾਂ ਨੇ ਕੋਈ ਕਾਰਵਾਈ ਚੋਰ ਨਹੀਂ ਫੜਿਆ। ਫਿਰ ਅਸੀਂ ਆਪਣੀ ਦਿਨ ਰਾਤ ਗਸ਼ਤ ਵਧਾਈ, ਦਿਨੇ ਵੀ ਅਸੀਂ ਪੂਰਾ ਪੂਰਾ ਦਿਨ ਮੈਂ ਅਤੇ ਵਿਸ਼ਾਲ ਜੀ, ਰਾਤ ਨੂੰ ਵੀ ਸਾਡੀ ਅਲੱਗ ਤੋਂ ਟੀਮ, ਅਸੀਂ ਚੋਰ ਫੜਿਆ ਰੰਗੇ ਹੱਥੀ, ਉਹਦੇ ਹੱਥੋਂ 3 ਪਲੇਟਾਂ ਵੀ ਥੀਆਂ, ਉਹ ਵੀ ਪੜਾਈਆਂ। ਫਿਰ ਉਹ ਕਿਹੜੇ ਕਬਾੜੀਏ ਨੂੰ ਦਿੰਦਾ, ਉਹ ਕਹਿੰਦਾ ਮੈਂ ਸੁਲਤਾਨ ਬਿੰਦ ਕਬਾੜੀਏ ਨੂੰ ਦਿੰਦਾ ਅਤੇ ਉਹ ਫਿਰ ਅਸੀਂ ਥਾਣੇ ਸਾਰੀ ਸਟੋਰੀ ਦੱਸੀ ਅਤੇ ਸਾਡੀ ਕੋਈ ਪ੍ਰੋਪਰ ਕਾਰਵਾਈ ਨਹੀਂ ਹੋ ਰਹੀ। ਚੌਂਕੀ ਇੰਚਾਰਜ ਨੇ ਸਾਡੇ ਕਿੰਨੇ ਗੇੜੇ ਲਵਾਏ, ਸਾਨੂੰ ਕਿੰਨਾ ਤੰਗ ਕੀਤਾ, ਕਲਪੇ ਅਸੀਂ ਅਤੇ ਬਣਦੀ ਕਾਰਵਾਈ ਸਾਡੀ ਹੁੰਦੀ ਨਹੀਂ ਪਈ। ਤੁਹਾਡੀ ਪ੍ਰਸ਼ਾਸਨ ਮੰਗ ਹੈ, ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰ ਇੱਥੇ ਚੋਰੀ ਹੋਵੇ ਕਿਉਂ? ਲਾਗੇ ਚੁੰਗੀ ਪੁਲਿਸ ਚੌਂਕੀ ਹੈਗੀ ਹੈ ਜੇ ਅਸੀਂ ਸਰਕਾਰੀ ਪੂਰਾ ਸਰਕਾਰੀ ਪ੍ਰੋਪਰਟੀ ਹੈ, ਦੇਸ਼ ਦੀ ਪ੍ਰੋਪਰਟੀ ਹੈ, ਜੇ ਇਹਦੇ 'ਤੇ ਨੁਕਸਾਨ ਹੋ ਰਿਹਾ ਅਤੇ ਉਹ ਕਿਹਨੇ ਦੇਖਭਾਲ ਕਰਨੀ ਹੈ? ਸਰਕਾਰੀ ਮਹਿਕਮਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਕਰਨੀ ਹੈ ਕਿ ਸਾਨੂੰ ਸਪੋਰਟ ਕਰਨ, ਚੋਰਾਂ ਨੂੰ ਫੜਨ। ਹੋਵੇ ਕਿਉਂ ਇਹ ਚੀਜ਼ਾਂ ਹੋਣਾ ਹੀ ਨਹੀਂ ਚਾਹੀਦੀਆਂ। ਕਬਾੜੀਏ 'ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਕਿ ਕਬਾੜੀਏ ਨੇ ਦੇਸ਼ ਦੀ ਪ੍ਰੋਪਰਟੀ ਕਿਉਂ ਖਰੀਦੀ ਸਾਡੀ? ਅਸੀਂ ਤੁਹਾਨੂੰ ਜਿੰਨੀਆਂ ਵੀ ਜਾਲੀਆਂ ਹੈਗੀਆਂ ਇਹ ਖੰਭਿਆਂ 'ਤੇ ਦੇਖੋ, ਸਾਰੇ ਖੰਭਿਆਂ 'ਤੇ ਕਿਸੇ ਖੰਭੇ 'ਤੇ ਕੋਈ ਪਲੇਟ ਨਹੀਂ ਲੱਗੀ। ਇਹ ਪ੍ਰੋਟੈਕਸ਼ਨ ਪਲੇਟ ਹੈਗੀ, ਇੱਥੋਂ ਕਰੰਟ ਦੇਣਾ ਹੁੰਦਾ ਜਾਂ ਜੋ ਵੀ ਸਾਡਾ, ਇਹ ਕਿੰਨਾ ਵੱਡਾ ਨੁਕਸਾਨ ਹੈਗਾ। ਫੋਕਸ 24 ਟੀਵੀ ਦੇ ਨਾਲ ਰਮਨ ਬੋਹਰਾ।